हां जी गेटवे टू इंग्लिश चैनल ते एक बार फिर ਤੁਹਾਡਾ ਸਵਾਗਤ ਹੈ ਮੈਂ ਹਾਂ ਰਜਿੰਦਰ ਕੁਮਾਰ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਨੈਕਸਟ ਜੋ ਹੈ 100 ਵਰਡਸ ਡਿਸਕਸ ਕਰ ਰਹੇ ਹਾਂ ਬੇਟਾ ਜਿਵੇਂ ਕਿ ਤੁਸੀਂ ਜਾਣਦੇ ਹੋ ਫਰਸਟ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਜਨਵਰੀ ਮਹੀਨੇ ਦੇ ਵਿੱਚ ਮਤਲਬ ਕਿ ਨੈਕਸਟ ਮੰਥ ਦੇ ਵਿੱਚ ਤੁਹਾਡਾ ਜੋ ਹੈ 6ਵੀਂ ਤੋਂ 8ਵੀਂ ਜਮਾਤ ਦਾ ਸਪੈਲਿੰਗ ਦਾ ਜੋ ਹੈ ਮੁਕਾਬਲਾ ਹੋਣਾ ਹੈ ਜਿਸ ਦਾ ਨਾਮ ਹੈ ਸਪੈਲ ਬੀ ਕੰਪੀਟੀਸ਼ਨ ਇਸ ਮੁਕਾਬਲੇ ਤਹਿਤ ਤੁਹਾਡੇ ਤੋਂ ਸ਼ਬਦਾਂ ਦੀ ਸਪੈਲਿੰਗਸ ਜੋ ਸੁਣੀਆਂ ਜਾਣੀਆਂ ਨੇ ਲਿਖਵਾ ਕੇ ਵੀ ਦੇਖੀਆਂ ਜਾ ਸਕਦੀਆਂ ਨੇ ਠੀਕ ਹੈ ਉਹ ਕੁਐਸਚਨਰ ਬਣੇਗਾ ਠੀਕ ਹੈ ਪਰ ਮਕਸਦ ਇਹ ਹੈ ਕਿ ਤੁਹਾਨੂੰ ਜੋ ਹੈ मीनिंग्स ਤੇ ਸਪੈਲਿੰਗਸ ਜ਼ਰੂਰ ਯਾਦ ਹੋਣੀਆਂ ਚਾਹੀਦੀਆਂ ਨੇ ਫਰਸਟ ਵੀਡੀਓ ਦੇ ਵਿੱਚ ਆਪਾਂ 100 ਵਰਡਸ ਡਿਸਕਸ ਕਰ ਚੁੱਕੇ ਹਾਂ ਤੇ ਇਸ ਵੀਡੀਓ ਦੇ ਵਿੱਚ ਅਗਲੇ 100 ਵਰਡਸ ਆਪਾਂ ਕਰ ਰਹੇ ਹਾਂ ਠੀਕ ਹੈ ਇਹ ਜੋ ਫਰਾਈ ਫਰਾਈ 1000 ਵਰਡਸ ਕਿਉਂ ਲਿਖਿਆ ਗਿਆ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਬੇਟਾ ਇੱਕ ਵਿਦਵਾਨ ਹੋਇਆ ਫਰਾਏ ਉਸਨੇ 1000 ਵਰਡਸ ਦਿੱਤੇ ਸੀਗੇ ਨੋਟ ਕੀਤੇ ਸੀ ਕਲੈਕਸ਼ਨ ਕੀਤੀ ਸੀਗੀ ਵਰਡਸ ਦੀ ਤੇ ਇਹ ਕਿਹਾ ਸੀ ਕਿ ਜਿਸ ਬੱਚੇ ਨੂੰ ਇਹ 1000 ਵਰਡਸ ਯਾਦ ਹੋਣਗੇ ਤਾਂ ਉਹ ਬੱਚਾ ਇੰਗਲਿਸ਼ ਦੇ ਵਿੱਚ ਮਾਰ ਨਹੀਂ ਖਾਵੇਗਾ ਠੀਕ ਹੈ ਉਸ ਦੀ ਇੰਗਲਿਸ਼ ਤੇ ਪਕੜ ਵਧੀਆ ਹੋਵੇਗੀ ਠੀਕ ਹੈ ਸੋ ਆਓ ਆਪਾਂ ਅਗਲੇ ਜੋ ਹੈ 100 ਵਰਡਸ ਉੱਪਰ ਡਿਸਕਸ ਕਰ ਰਹੇ ਹਾਂ ਦੂਸਰੀ ਵੀਡੀਓ ਆਪਣੀ ਇਹ ਇੱਕ ਵੀਡੀਓ ਪਹਿਲਾਂ ਅਪਲੋਡ ਹੋ ਚੁੱਕੀ ਹੈ ਠੀਕ ਹੈ ਸੋ ਇਸੇ ਤਰ੍ਹਾਂ ਜੋ ਹੈ 10 ਵੀਡੀਓਜ਼ ਹੋਣਗੀਆਂ ਟੋਟਲ ਇਹ ਜਿਨ੍ਹਾਂ ਦੇ ਵਿੱਚ ਆਪਾਂ ਹਰ ਵੀਡੀਓ ਦੇ ਵਿੱਚ 100 ਵਰਡਸ ਡਿਸਕਸ ਕਰਾਂਗੇ ਤੇ 10 ਵੀਡੀਓਜ਼ ਦੇ ਵਿੱਚ ਇਸ ਤਰ੍ਹਾਂ ਆਪਾਂ 1000 ਵਰਡਸ ਕਵਰ ਕਰ ਲਵਾਂਗੇ ਠੀਕ ਹੈ ਆਓ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਹਾਂ ਫਰਸਟ ਵਰਡ ਆਪਣੇ ਕੋਲ ਹੈਗਾ ਓਵਰ ਓਵਰ ओवर का मतलब समाप्त होना जो कोई चीज़ वाली ओवर हो गया तो बहुत हो गया भी गया बस ठीक है ओवर समाप्त नैक्सट वर्ड हैगा न्यू मतलब नव साउंड आवाज ठेक लैं ओनली सिर्फ लिटल छोटा वर्क कम नो जानना प्लेस स्थान जियर्स साल ਇਸ ਨੂੰ ਕਈ ਬੱਚੇ ਨਾ ਧਿਆਨ ਰੱਖਣਾ ਬੇਟਾ ਇਸ ਨੂੰ ਆਪਾਂ ਇਅਰਸ ਹੀ ਬੋਲਦੇ ਨੇ ਇਅਰਸ ਪਰ ਇਅਰਸ ਨਹੀਂ ਹੁੰਦਾ ਇਹ ਠੀਕ ਹੈ Y ਇਹਦੇ ਨਾਲ ਯਈ ਦੀ ਆਵਾਜ਼ ਇਹਨਾਂ ਰ ਯਰ ਯਰ ਯਸ ਯਰਸ ਠੀਕ ਹੈ ਨਾ ਕਿ ਇਅਰਸ ਠੀਕ ਹੈ ਯਰਸ ਸਾਲ ਹੈ ਪਲੂਰਲ ਹੈ ਜੇ S ਕੱਟਨਾ ਹੈ ਤਾਂ ਸਿੰਗੂਲਰ ਹੋ ਜਾਏਗਾ ਠੀਕ ਹੈ ਲਿਵ ਰਹਿਣਾ ਠੀਕ ਹੈ ਇਸ ਨੂੰ ਜੇ ਤੁਸੀਂ ਆਪਾਂ ਇਸ ਨੂੰ ਲਾਈਵ ਵੀ ਪੜ੍ਹ ਸਕਦੇ ਆ ਜਿਸ ਨੂੰ ਆਪਾਂ ਲਾਈਵ ਪੜ੍ਹ ਰਹੇ ਆ ਕਿ ਦਾ ਇਸ ਦਾ मीनिंग ਹੋ ਜਾਏਗਾ ਫਿਰ ਸਿੱਧਾ ਪ੍ਰਸਾਰਣ ਠੀਕ ਹੈ ਹੁਣ ਮੈਂ ਇਸ ਨੂੰ ਲਿਵ ਮੰਨ ਕੇ ਲਿਖ ਰਿਹਾ ਇਸ ਦਾ ਮਤਲਬ ਹੈ ਰਹਿਣਾ ਠੀਕ ਹੈ ਨੈਕਸਟ ਹੈ ਮੀ ਮੈਨੂ ਉਸ ਤੋਂ ਬਾਅਦ ਸੈਂਟੈਂਸ ਨੰਬਰ 13 ਬੈਕ ਪਿੱਛੇ ਗਿਵ ਦੇਣਾ ਮੋਸਟ ਸਭ ਤੋਂ ਜਿਆਦਾ ਵੈਰੀ ਬਹੁਤ ਆਫਟਰ ਬਾਅਦ ਵਿੱਚ ਥਿੰਗਸ ਚੀਜ਼ਾਂ ਆਵਰ ਸਾਡਾ ਜਸਟ بس ਜਾਂ ਸਿਰਫ ਆਪਾਂ ਕਹ ਦਿੰਦੇ ਆਂ ਬਸ ਠੀਕ ਹੈ ਜਿਹੜਾ ਆਈ ਐਮ ਜਸਟ ਕਮਿੰਗ ਮੈਂ ਬਸ ਆ ਰਿਹਾ ਹਾਂ ਸੋ ਇਸ ਸੈਂਸ ਦੇ ਵਿੱਚ ਬਸ ਵਿੱਚ ਦਾ ਮੀਨਿੰਗ ਹੈਗਾ ਤੇ ਸਿਰਫ ਵੀ ਹੁੰਦਾ ਹੈ ਮੀਨਿੰਗ ਜਸਟ ਦਾ ਠੀਕ ਹੈ ਦੈਨ ਨੇਮ ਨਾਮ ਸੇ ਕਹਿਣਾ ਗ੍ਰੇਟ ਮਹਾਨ ਵੇਅਰ ਕਿੱਥੇ ਨੈਕਸਟ ਹੈ 25th ਨੰਬਰ ਸਨਟਾ ਵਰਡ ਹੈ ਠੀਕ ਹੈ ਹੈਲਪ ਸਹਾਇਤਾ ਜਾਂ ਸਹਾਇਤਾ ਕਰਨਾ ਦੋਨੋਂ ਮੀਨਿੰਗ ਇਸ ਤੇ ਹੋ ਸਕਦੇ ਨੇ ਜੇਕਰ ਐਜ਼ ਅ ਵਰਬ ਆਪਾਂ ਦੇਖਾਂਗੇ ਤਾਂ ਇਸ ਦਾ ਮੀਨਿੰਗ ਹੋਊਗਾ ਸਹਾਇਤਾ ਕਰਨਾ ਠੀਕ ਹੈ ਐਜ਼ ਅ ਨਾਉਨ ਸਹਾਇਤਾ ਥਰੂ ਵਿੱਚੋਂ ਦੀ ਠੀਕ ਹੈ ਜਾਂ ਰਾਹੀਂ ਆਪਾਂ ਕਹਿੰਦੇ ਕਿਸੇ ਥਰੂ ਕੰਮ ਕਰਵਾਇਆ ਤੁਸੀਂ ਇਹ ਕਿਸ ਰਾਹੀਂ ਕੰਮ ਕਰਾਇਆ ਕਿਸ ਵਿੱਚੋਂ ਦੀ ਠੀਕ ਹੈ ਸੋ ਨੈਕਸਟ ਟਾਈਮ ਮੱਚ ਜ਼ਿਆਦਾ ਬਿਫੋਰ ਪਹਿਲਾਂ ਲਾਈਨ ਕਤਾਰ ਰਾਈਟ ਠੀਕ ਸੱਜਾ ਹੱਕ ਠੀਕ ਹੈ ਇਹ ਮੀਨਿੰਗ ਹੋ ਸਕਦੇ ਨੇ ਰਾਈਟ ਦੇ राइट ਦਾ ਮਤਲਬ ਠੀਕ ਵੀ ਹੁੰਦਾ ਹੈ ਸੱਜਾ ਵੀ ਹੁੰਦਾ ਹੈ ਤੇ ਹੱਕ ਵੀ ਹੁੰਦਾ ਹੈ ਟੂ ਵੀ ਮੀਨਸ ਮਤਲਬ ਜਾਂ ਸਾਧਨ 올ਡ ਪੁਰਾਣਾ ਐਨੀ ਕੋਈ ਵੀ ਸੇਮ ਉਹੀ ਜਾਂ ਹੂਬ ਹੂ ਆਪਾਂ ਕਹਿ ਸਕਦੇ ਹਾਂ ਟੈਲ ਦੱਸਣਾ ਠੀਕ ਹੈ ਬੇਟਾ ਨੈਕਸਟ ਦੇਖੋ ਬੇਟਾ ਜੇਕਰ ਵੀਡੀਓ ਨੂੰ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਵਿਦਿਆਰਥੀ ਜੋ ਹੈ ਆਪਣੇ ਕੰਪੀਟੀਸ਼ਨ ਦੀ ਤਿਆਰੀ ਕਰ ਸਕਣ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨ ਜ਼ਰੂਰ ਕਰ ਲੈਣਾ ਬੇਟਾ ਤੇ ਬੈਲ ਆਈਕਨ ਪ੍ਰੈਸ ਕਰ ਦੇਣਾ ਤਾਂ ਕਿ ਜਿਵੇਂ ਹੀ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਠੀਕ ਹੈ ਨੈਕਸਟ ਦੇਖੋ ਵਰਡ ਹੈਗਾ 37th ਬੋਏ ਲੜਕਾ ਫੋਲੋ ਪਿੱਛਾ ਕਰਨਾ ਖੇਮ ਆਇਆ ਵੌਂਟ ਚਾਉਣਾ ਜਾਂ ਇੱਛਾ ਠੀਕ ਹੈ ਇਹ ਚਾਉਂਦਾ ਹਾਂ ਵੀ ਇਸ ਦਾ मीनिंग ਹੋ ਸਕਦਾ ਹੈ ਠੀਕ ਹੈ ਦੈਨ ਸ਼ੋ ਦਿਖਾਉਣਾ ਆਲਸੋ ਵੀ ਸੈਟ ਠੀਕ ਕਰਨਾ ਜਾਂ ਛਿਪਣਾ ਵੀ ਇਸ ਦਾ मीनिंग ਹੋ ਸਕਦਾ ਹੈ ਪੁੱਟ ਰੱਖਣਾ ਐਂਡ ਅੰਤ ਡਸ ਕਰਦਾ ਹੈ ਅਨਦਰ ਇੱਕ ਹੋਰ ਵੈਲ ਚੰਗਾ ਨੈਕਸਟ ਦੇਖੋ 49th ਨੰਬਰ ਹੈ ਲਾਰਜ ਵੱਡਾ ਮਸਟ ਬਹੁਤ ਜ਼ਰੂਰੀ big ਵੱਡਾ even ਜਿਸਤ ਸੱਚ ਅਜਿਹਾ because ਕਿਉਂਕਿ turn ਵਾਰੀ ਜਾਂ ਮੁੜਨਾ ਵੀ ਹੋ ਸਕਦਾ ਹੈ ਠੀਕ ਹੈ here ਇੱਥੇ why ਕਿਉਂ ask ਪੁੱਛਣਾ went ਗਿਆ men ਬੰਦੇ ਇਹ ਪਲੂਰਲ ਹੈ ਬੇਟਾ m a n ਮੈਨ ਸਿੰਗੂਲਰ ਹੁੰਦਾ m e n ਮੈਨ ਪਲੂਰਲ ਹੁੰਦਾ ਠੀਕ ਹੈ ਮੈਨ ਹੁੰਦਾ ਬੰਦਾ ਮਨ ਬੰਦੇ ਠੀਕ ਹੈ ਨੈਕਸਟ ਦੇਖੋ 61 ਨੰਬਰ ਰੀਡ ਪੜਨਾ ਨੀਡ ਜ਼ਰੂਰਤ ਲੈਂਡ ਜ਼ਮੀਨ ਟ੍ਰਾਈ ਕੋਸ਼ਿਸ਼ ਕਰਨਾ ਕਾਈਂਡ ਪ੍ਰਕਾਰ ਇਹ ਕਾਈਂਡ ਦਾ ਬਟਾ ਕੇ ਆਈ ਐਨ ਡੀ ਇਹ ਇਨੀ ਐਕਸਟਰਾ ਲੱਗ ਗਿਆ ਹੈ ਇੱਕ ਆ ਜੋ ਐਲ ਟਾਈਪ ਹੈ ਜੋ ਠੀਕ ਹੈ ਇਹ ਐਕਸਟਰਾ ਲੱਗਿਆ ਵਰਡ ਦੀ ਸਪੈਲਿੰਗ ਕੀ ਹੈ ਕੇ ਆਈ ਐਨ ਡੀ ਇੱਥੋਂ ਤੱਕ ਹੀ ਹੈ ਤੁਸੀਂ ਇਸ ਨੂੰ ਇੱਥੋਂ ਤੱਕ ਹੀ ਪੜੋਗੇ ਠੀਕ ਹੈ ਕਾਈਂਡ ਤੱਕ ਓਕੇ ਇਹ ਕਾਈਂਡ ਦਾ ਮਤਲਬ ਪ੍ਰਕਾਰ ਹੈਂਡ ਹੱਥ ਪਿਕਚਰ ਤਸਵੀਰ ਅਗੇਨ ਦੁਬਾਰਾ ਚੇਂਜ ਬਦਲਣਾ ਆਫ ਬੰਦ ਪਲੇ ਖੇਡਣਾ ਸਪੈਲ ਸ਼ਬਦ ਜੋੜ ਕਰਨਾ ਠੀਕ ਹੈ ਹਿੰਦੀ ਚ ਇਸ ਨੂੰ ਕਹਿੰਦੇ ਵਰਤਨੀ ਆਪਾਂ ਸਪੈਲਿੰਗ ਇਹਨਾਂ ਸਪੈਲਿੰਗਸ ਸਪੈਲਿੰਗਸ ਦਾ ਮਤਲਬ ਹੁੰਦਾ ਸ਼ਬਦ ਜੋੜ ਠੀਕ ਹੈ ਸਪੈਲ ਇਹ ਵਰਬ ਹੋ ਗਈ ਸ਼ਬਦ ਜੋੜ ਕਰਨਾ ਠੀਕ ਹੈ नेक्स्ट देखो थ्री नंबर वर्ड है एयर हवा अवे दूर एनिमल पशु हाउस मकान पॉइंट बिंदु पेज पन्ना लेटर चिट्ठी या अक्षर ठीक है बेटा मदर माता आंसर उत्तर फाउंड ਲੱਬਿਆ ਸਟੱਡੀ ਅਧਿਆਨ ਕਰਨਾ ਸਟਿਲ ਸਥਿਰ ਵਰਡ ਨੰਬਰ 85 ਗੁੱਡ ਅੱਛਾ ਜਾਂ ਚੰਗਾ ਵੀ ਆਪਾਂ ਕਹਿ ਦਿੰਦੇ ਹਾਂ ਦੈਨ ਸੈਂਟੈਂਸ ਵਾਕ ਮੈਨ ਆਦਮੀ ਥਿੰਕ ਸੋਚਣਾ ਅਰਾਊਂਡ ਆਲੇ ਦੁਆਲੇ ਫਾਰਮ ਰੂਪ 3 ਤਿੰਨ ਸਮਾਲ ਛੋਟਾ ਡਿਫਰੈਂਟ ਵਕਰਾ ਹੋਮ ਘਰ ਇੱਕ ਪਿੱਛੇ ਵੜਾਇਸੀ ਬੇਟਾ ਹਾਊਸ ਹਾਊਸ ਦਾ ਮਤਲਬ ਮਕਾਨ ਤੇ ਹੋਮ ਦਾ ਮਤਲਬ ਘਰ ਇਹ ਡਿਫਰੈਂਸ ਹੈ ਧਿਆਨ ਰੱਖਿਓ ਠੀਕ ਹੈ ਅਸ ਸਾਨੂੰ ਮੂਵ ਹਿਲਣਾ ਠੀਕ ਹੈ ਬੇਟਾ ਸੋ ਲਾਸਟ ਹੈਗੇ ਆਪਣੇ ਕੋਲ ਫੋਰ ਵਰਡਸ ਹੋਰ ਨੇ 97 ਨੰਬਰ ਤੇ ਹੈ ਬੇਟਾ ਆਪਣੇ ਕੋਲ ਵਰਡ ਹੈਗਾ ਲਰਨ ਲਰਨ ਮਤਲਬ ਯਾਦ ਕਰਨਾ ਦੈਨ ਸ਼ੁੱਡ ਚਾਹੀਦਾ ਹੈ ਅਮਰੀਕਾ ਇੱਕ ਕੰਟਰੀ ਦਾ ਨਾਮ ਹੈ ਬੇਟਾ ਆਪਾਂ ਅਮਰੀਕਾ ਲਿਖ ਦਿੰਦੇ ਆ ਪੰਜਾਬੀ ਦੇ ਵਿੱਚ ਠੀਕ ਹੈ ਐਂਡ ਵਰਲਡ ਦੁਨੀਆ ਜਾਂ ਆਪਾਂ ਕਹਿ ਲਈਏ ਸੰਸਾਰ ਸੋ ਇਹ ਸੀ ਦੂਸਰੇ 100 ਵਰਡਸ ਯਾਨੀ ਕਿ ਕੁੱਲ ਮਿਲਾ ਕੇ ਆਪਾਂ 200 ਸ਼ਬਦ 200 ਵਰਡਸ ਆਪਾਂ ਜੋ ਹੈ ਡਿਸਕਸ ਕਰ ਚੁੱਕੇ ਆ 800 ਵਰਡਸ ਹੋਰ ਅਜੇ ਡਿਸਕਸ ਹੋਣਗੇ ਠੀਕ ਹੈ ਜੇ ਟੋਟਲ 1000 ਵਰਡਸ ਦੇ ਵਿੱਚੋਂ ਤੁਹਾਡਾ ਇੱਕ ਕੰਪੀਟੀਸ਼ਨ ਹੋਣਾ ਹੈ ਸੋ ਬੇਟਾ ਬਤ ਤੋਂ ਬਤ ਸ਼ੇਅਰ ਕਰਨਾ ਵੀਡੀਓ ਨੂੰ ਤਾਂ ਕਿ ਸਾਰੇ ਵਿਦਿਆਰਥੀ ਜੋ ਹੈ ਆਪਦੀ ਤਿਆਰੀ ਕਰ ਸਕਣ ਇਹਨਾਂ ਵਰਡਸ ਨੂੰ ਤੁਸੀਂ ਜੋ ਹੈ ਆਪਣੀ ਨੋਟਬੁੱਕ ਤੇ ਨੋਟ ਕਰਨਾ ਹੈ ਠੀਕ ਹੈ ਵਿਦ मीनिंग ਨੋਟ ਕਰਨਾ ਹੈ मीनिंग ਵੀ ਲਰਨ ਕਰਨੀਆਂ ਨੇ ਤੇ ਸਪੈਲਿੰਗਸ ਵੀ ਲਰਨ ਕਰਨੀਆਂ ਹਨ ਠੀਕ ਹੈ ਬੇਟਾ ਜਨਵਰੀ ਦੇ ਵਿੱਚ ਕਿਸੇ ਵੀ ਡੇਟ ਨੂੰ ਤੁਹਾਡਾ ਇਹ ਜੋ ਹੈ ਕੰਪੀਟੀਸ਼ਨ ਹੋ ਸਕਦਾ ਹੈ ਡੇਟ ਤੁਹਾਨੂੰ ਦੱਸ ਦਿੱਤੀ ਜਾਊਗੀ ਜਿਵੇਂ ਸਕੂਲ ਓਪਨ ਹੋਣਗੇ ਇੱਕ ਤਰੀਕ ਨੂੰ ਨਵੇਂ ਸਾਲ ਤੇ 1 ਜਨਵਰੀ ਨੂੰ ਤਾਂ ਤੁਹਾਨੂੰ ਡੇਟ ਵੀ ਦੱਸ ਦਿੱਤੀ ਜਾਊਗੀ ਠੀਕ ਹੈ ਬੇਟਾ ਸੋ ਠੀਕ ਹੈ ਕਰੋ ਤਿਆਰੀ ਬੈਸਟ ਆਫ ਲੱਕ ਬਾਏ ਬਾਏ